ਕਿ ਜੀ ਇਸ ਵਕਤ ਮੈਂ ਖੜ੍ਹਾ ਹਾਂ ਪਿੰਡ ਬਹਾਦਰਪੁਰ। ਇਹ ਲਿਖਿਆ ਹੋਇਆ ਆ ਕਿ ਹੌਲੀ ਚੱਲੋ ਅੱਗੇ ਪੁਲ ਹੈ। ਵਾਕਿਆ ਇਹਨਾਂ ਨੇ ਸਹੀ ਲਿਖਿਆ ਆ ਕਿ ਹੌਲੀ ਚੱਲੋ ਅੱਗੇ ਪੁਲ ਹੈ। ਇਹ ਜਿਹੜਾ ਹੈਗਾ ਜੀ ਇਹ ਪੁਲੀ ਆ ਜਿਹੜੀ ਇਹ ਪਿੰਡ ਬਹਾਦਰਪੁਰ ਹੈਗਾ। ਆਹ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਜਿਹੜਾ ਇੱਕ ਰਸਤਾ ਹੈਗਾ ਆਹ ਬਹਾਦਰਪੁਰ ਤੋਂ ਗਰਚਾ ਜਾਂਦਾ ਹੈ ਅਤੇ ਇਸ ਤੋਂ ਅੱਗੇ ਜਿਹੜਾ ਕਿ ਇਹ ਮੇਨ ਨੂੰ ਪੈ ਜਾਂਦੇ ਹੈਗੇ ਆ ਰਸਤੇ, ਔਰ ਬੇਟ ਏਰੀਏ ਨੂੰ ਵੀ ਜਾਂਦਾ ਹੈਗਾ। ਆਹ ਇੱਕ ਇੱਧਰ ਨੂੰ ਰਸਤਾ ਜਾਂਦਾ ਅਤੇ ਇੱਕ ਇਸ ਸਾਈਡ ਨੂੰ ਰਸਤਾ ਜਾਂਦਾ ਆ। ਔਰ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕੀ ਦਿਖਾਉਣਾ ਚਾਹੁੰਦਾ ਹਾਂ। ਆਹ ਦੇਖੋ ਮੈਂ ਕੀ ਇਹ ਦਿਖਾਉਣਾ ਚਾਹੁੰਦਾ ਹਾਂ ਕਿ ਆਹ ਦੇਖੋ ਨਵੀਂ ਪੁਲੀ ਬਣਾਈ ਆ, ਹਜੇ ਇਹਨੂੰ 2-4 ਮਹੀਨੇ ਵੀ ਨਹੀਂ ਹੋਏ ਹੋਣੇ ਆ ਮੇਰੀ ਖਿਆਲ 'ਚ, ਔਰ ਬਿਲਕੁਲ ਦੇਖੋ ਜੀ ਇਹਦੀ ਤੁਸੀਂ ਕਹਿਣਾ ਖੂਬਸੂਰਤੀ ਬੜੀ ਵਧੀਆ ਆ ਕਿ ਇਹ ਜਿਹੜੀ ਪੁਲੀ ਬਣਾਈ ਆ ਬਹੁਤ ਵਧੀਆ ਕੰਮ ਕੀਤਾ ਗਿਆ ਆ ਸਰਕਾਰ ਵੱਲੋਂ, ਬੜਾ ਅੱਛਾ ਕੰਮ ਕੀਤਾ ਗਿਆ ਆ ਤਾਂ ਜੋ ਕੋਈ ਖਤਰਾ ਨਾ ਹੋਵੇ, ਕਿਉਂਕਿ ਪਹਿਲਾਂ ਕਿ ਕਾਫੀ ਜਿਹੜਾ ਆ ਇਹ ਪੁਰਾਣੀ ਹੋ ਚੁੱਕੀ ਸੀ। ਇਸ ਪਾਸੇ ਤੋਂ ਤੁਸੀਂ ਦੇਖ ਸਕਦੇ ਹਾਂ ਕਹਿਣਾ ਕਿ ਕਾਫੀ ਖੂਬਸੂਰਤ ਬਣਿਆ ਹੋਇਆ ਆ, ਔਰ ਜਿਹੜੇ ਆ ਕਿਸੇ ਨੂੰ ਵਾਹਨ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਕੋਈ ਖਤਰਾ ਨਹੀਂ ਹੈ। ਆਓ ਹੁਣ ਚੱਲਦੇ ਹਾਂ ਅਸਲ ਗੱਲ 'ਤੇ, ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ, ਕੈਂਤ ਆਯੁਰਵੈਦ ਦਵਾਖਾਨਾ। ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ, ਅਧਰੰਗ, ਕਾਲਾ ਪੀਲੀਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ ਕਰੋ 9873-79-499। ਭਾਅ ਜੀ ਕੀ ਨਾਂ ਕੀ ਤੁਹਾਡਾ? ਮੇਰਾ ਭਾਅ ਜੀ ਜਸਵੀਰ ਸਿੰਘ। ਕਿਹੜਾ ਪਿੰਡ ਆ? ਪਿੰਡ ਬਹਾਦਰਪੁਰ ਭਾਅ ਜੀ। ਅੱਛਾ ਆਹ ਪੁਲੀ ਮੈਂ ਕਹਿੰਦਾ ਹੁਣੇ ਬਣੀ ਸੀ? ਹੁਣੇ ਬਣੀ ਆ, ਥੋੜ੍ਹੇ ਦਿਨਾਂ ਦੀ ਗੱਲ ਹੈ। ਅੱਛਾ ਅਤੇ ਆਹ ਹਾਲਾਤ? ਤਾਂ ਭਰਤੀ ਦਾ ਦੂਜਾ ਰੋੜੀ ਪਾਣੀ ਚਾਹੀਦੀ ਇੱਥੇ ਪਹਿਲਾਂ। ਅੱਛਾ ਆ ਉੱਪਰੇ ਮਿੱਟੀ ਪਾ ਕੇ ਦੂਜਾ ਕਲਕਿਆ ਪੋਚਾ ਪੋਚਾ ਲਾਤਾ ਵਾ, ਚੱਲ ਹੋ ਗਿਆ ਕੰਮ। ਅੱਛਾ ਹੋਰ ਆ ਵੀ ਆ ਇਹ ਮਤਲਬ ਕਦੀ ਕਿਸੇ ਵਕਤ ਵੀ ਬੈਠ ਸਕਦਾ ਹੈ? ਬੈਠ ਸਕਦਾ ਭਾਅ ਜੀ, ਕੋਈ ਵੱਡੀ ਗੱਲ ਨਹੀਂ। ਆਹ ਤਾਂ ਬੈਠਦਾ ਬੈਠੀ ਬੈਠ ਗਈ ਆ, ਦੇਖੋ ਤੁਹਾਡੇ ਕਹਿਣ ਦਾ ਮਤਲਬ ਇਹਦੀ ਜੇ ਮਜ਼ਬੂਤੀ ਕੀਤੀ ਹੁੰਦੀ ਤੇ ਹੁਣ ਕੋਈ ਜੇ ਭਾਰਾ ਬਾਹਰ ਲੰਘ ਜਵੇ ਤਾਂ ਧੱਸ ਸਕਦਾ ਆ। ਹੋ ਸਕਦਾ ਭਾਅ ਜੀ, ਵੱਡੀ ਗੱਲ ਨਾ, ਕਿਉਂਕਿ ਆ ਜਿੱਦਾਂ ਬੈਠੀ ਚੁੱਕੀ ਹੈਗੀ ਆ ਬੈਠੇ ਆ, ਦੂਜਾ ਕੋਈ ਉਦਾਂ ਖੜ ਗਿਆ ਇੱਥੇ ਤਾਂ ਦੂਜਾ ਹੋ ਗਿਆ, ਤਾਂ ਤੁਹਾਡੇ ਮੜ ਜਾ ਪੈਰ ਰੱਖਿਓ ਤੇ ਇੱਥੇ ਲਾਓ ਤਾਂ ਆ ਦੇਖੋ ਆ ਸਾਰੀ ਇੱਥੇ ਕੱਚੀ ਜਿਹੜੀ ਆ ਆ ਪਾਣੀ ਵਿੱਚ ਜਾਂਦਾ ਆ ਦੇਖੋ। ਪੈਪ ਕਾਹਦੇ ਲਈ ਲੱਗਾ ਹੋਇਆ? ਪਾਣੀ ਜਾਣ ਨੂੰ ਜਿਹੜਾ ਉੱਪਰ ਪਾਣੀ ਆ ਉੱਪਰ ਖੜੇ ਨਾ ਪਾਣੀ ਇੱਥੇ ਪਾਣੀ ਥੱਲੇ ਜਾਣ ਨੂੰ। ਪੈਪ ਤਾਂ ਇਹ ਧਰਤੀ ਨਾਲੋਂ ਉੱਚਾ ਆ, ਉਹੀ ਆ ਨੀਵਾਂ ਕਰਕੇ ਵੱਢਣਾ ਚਾਹੀਦਾ ਇਹਨੂੰ, ਨੀਵਾਂ ਕਰੋ ਉਹਦੇ ਨਾਲ ਥੱਲੇ ਦੂਜਾ ਕਰਕੇ ਵਿੱਚੋਂ ਬੰਦ ਵਾ, ਇਹ ਰੱਖਿਆ ਕਾਹਦੇ ਫੇਰ ਸਾਹਿਬ ਨੂੰ ਤਾਂ ਇੱਥੇ ਪਾਣੀ ਖੜੂੰਗਾ ਨਾ, ਇਹੀ ਆ ਪਾਣੀ ਖੜਨ ਦੇ ਦੂਜਾ ਪਾਣੀ ਖੜੂਗਾ ਨਹੀਂ ਉੱਪਰ। ਲਓ
ਆ ਥੱਲੇ ਬੰਦ ਵਾ ਉੱਪਰ ਨਾਲ ਉੱਚਾ ਰੱਖਿਆ ਨਾਲੇ ਇਹਦੇ ਉੱਪਰ ਤਾਂ ਨਾਲੇ ਭਾਅ ਜੀ ਹੋਰ ਪੈਣੀ ਜ਼ਰੂਰੀ ਹਲੇ ਮੈਨੂੰ ਲਾਵੇ ਜਿਸ ਹਿਸਾਬ ਨਾਲ ਦੂਜਾ ਤੁਹਾਡਾ ਕੀ ਨਾਂ ਆ ਜਿਹੜੇ ਮੁਲਾਜ਼ਮ ਹੈ ਉਹਨਾਂ ਦੇਖਣਾ ਚਾਹੀਦਾ ਮੁੜ ਕੇ ਉਹਨੂੰ ਦੇਖਣਾ ਤਾਂ ਚਾਹੀਦਾ ਵੀ ਟੋਏ ਪਏ ਆ ਉਹ ਵੀ ਟੋਆ ਪਿਆ ਹਨਾ ਤੇ ਹੁਣ ਉੱਥੇ ਕਿਸੇ ਨੇ ਹੋਰ ਲਾ ਕੇ ਕਿਸੇ ਨੇ ਬੱਠਲ ਸੁੱਟਣਾ ਨੀ ਕੰਮ ਤਾਂ ਉਹਨਾਂ ਦਾ ਹੀ ਆ ਉਹਨਾਂ ਨੂੰ ਲੁੱਕ ਆਫਟਰ ਕਰਨੀ ਚਾਹੀਦੀ ਆ ਇਹ ਦੂੰਗਾ ਤੇ ਕਾਫੀ ਹੋ ਹਾਂਜੀ ਹਾਂਜੀ ਹੁਣ ਪੈਰ ਰੱਖਿਆ ਮੈਂ ਥੱਲੇ ਤੋਂ ਹੁਣ ਜੇ ਇੱਥੇ ਕੋਈ ਟਰਾਲੀ ਟੂਲੀ ਆ ਜਾਏ ਤਾਂ ਖੁੱਬੂ ਕਿ ਨਹੀਂ ਖੁੱਬੂ ਖੁੱਬੂ ਨਹੀਂ ਪੱਕੀ ਗੱਲ ਫਿਰ ਫਿਰ ਆ ਗੱਲ ਵਾ ਜੀ ਇਹਦਾ ਮਤਲਬ ਇੰਨਾ ਪੈਸਾ ਵੀ ਲਾਇਆ ਆਹੋ ਪਿਆ ਨਾ ਫਿਰ ਉਹਦਾ ਲੁੱਕ ਆਫਟਰ ਕੋਈ ਦੇਖਦਾ ਨਹੀਂ ਹੈਗਾ ਹਨਾ ਇਹੀ ਮਤਲਬ ਉਹ ਵੀ ਇੱਕ ਹਾਲੇ ਤਾਂ ਮੀਂਹ ਵੀ ਥੋੜਾ ਪਿਆ ਫਿਰ ਪਿਆ ਹੀ ਨਹੀਂ ਮੀਂਹ ਤਾਂ ਜੇ ਕਿਤੇ ਜ਼ਬਰਦਸਤ ਪੈ ਗਿਆ ਮੈਂ ਤਾਂ ਕਹਿੰਦਾ ਇੱਥੇ ਹਾਦਸਾ ਵੀ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਦਸਾ ਮੈਂ ਨਾ ਭਾਅ ਜੀ ਕਈ ਵਾਰੀ ਦੇਖਿਆ ਮੈਂ ਇਹ ਗੱਲ ਸੋਚੀ ਆ ਵੀ ਆਹ ਟੋਆ ਆ ਕਿਸੇ ਨੇ ਪੂਰਿਆ ਨਹੀਂ ਹੈਗਾ ਜਿਹੜੀ ਪੁਲੀ ਆ ਕਿੰਨਾ ਚਿਰ ਹੋ ਗਿਆ ਅੰਦਾਜ਼ਾ ਹੋ ਗਿਆ ਪੰਜ ਛੇ ਮਹੀਨੇ ਚ ਇਹਦੇ ਜਿਹੜੇ ਹਾਲ ਆ ਕੀ ਕਹਿਣਾ ਚਾਹੋਗੇ ਦੀਦੇ ਖੱਜਲ ਖਰਾਬੀ ਆ ਕੋਈ ਬੰਦਾ ਡਿੱਗ ਕੇ ਹਾਦਸਾ ਤਾਂ ਕਿਸੇ ਟਾਈਮ ਵੀ ਹੋ ਸਕਦਾ ਦੇਖੋ ਇੱਥੇ ਮੈਂ ਕਹਿੰਦਾ ਕਈ ਪਿੰਡਾਂ ਦੇ ਲੰਘਦੇ ਆ ਬਾਹਰ ਚਾਹੋ ਪੰਜਾਂ ਪਿੰਡਾਂ ਦੇ ਲੰਘਦੇ ਆ ਬੰਦੇ ਹੁਣ ਬਹੁਤ ਦੂਰੋਂ ਦੂਰੋਂ ਉਹਦੇ ਗੱਡੀਆਂ ਲੈ ਕੇ ਖੇਤ ਵੀ ਇੱਧਰ ਹੀ ਆ ਹੁਣ ਹਾਂ ਖੇਤ ਵੀ ਇੱਧਰ ਹੀ ਆ ਹਾਂ ਹੁਣ ਆ ਜਿੱਦਾਂ ਧੱਸ ਚੁੱਕੀ ਹੈਗੀ ਆ ਮਤਲਬ ਇਹ ਤਾਂ ਫਿਰ ਮਜ਼ਬੂਤੀ ਤਾਂ ਕਰਨੀ ਚਾਹੀਦੀ 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 ਆ ਜੀ ਚਾਹੀਦੀ ਜਦੋਂ ਕੱਲ੍ਹ ਨੂੰ ਕੋਈ ਹਾਦਸਾ ਹੋ ਜਾਂਦਾ ਜਾਂ ਸਕੂਟਰ ਮੋਟਰਸਾਈਕਲ ਜਾਂ ਗੱਡੀਆਂ ਦਾ ਫਿਰ ਗਵਰਨਮੈਂਟ ਨੂੰ ਜਾਂ ਕੀ ਆ ਉਹਦਾ ਉੱਪਰੋਂ ਭੇਜੀ ਜਾਂਦੇ ਆ ਮੋਹਰੇ ਕਰਦੇ ਨਹੀਂ ਹੈ ਉਹੀ ਦੱਸਦੇ ਜਦੋਂ ਪੈਸੇ ਖਾ ਕੇ ਪਾਸੇ ਹੋ ਜਾਂਦੇ ਜਦੋਂ ਕਿਸੇ ਦੇ ਕੋਈ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਫੇਰ ਕਹਿੰਦੇ ਇਹਨਾਂ ਦੀ ਗਲਤੀ ਆ ਫਿਰ ਕਹਿੰਦੇ ਕਾਰਵਾਈਆਂ ਕਰਾਂਗੇ ਹਾਂ ਠੀਕ ਹੈ ਸਗਾ ਇਹਨਾਂ ਨੂੰ ਚਾਹੀਦਾ ਤਾਂ ਸਾਰਾ ਕਵਰ ਕਰਕੇ ਇਹਨਾਂ ਕਵਰ ਕਰਦੇ ਇਹਨੂੰ ਪੂਰਾ ਮਜ਼ਬੂਤੀ ਬਣਾਉਂਦੇ ਆ ਜੀ ਹਾਂ ਇਹਦੀ ਮਜ਼ਬੂਤੀ ਹੋ ਜਾਣੀ ਆ ਨਾਲ ਕਵਰ ਹੋ ਜਾਵੇ ਆ ਟੱਕਰਾਂ ਜਿਹੜੀਆਂ ਇਹ ਹਰੀਆਂ ਨਿਕਲ ਜਾਣੀਆਂ ਇਹ ਆ ਕਿੰਨਾ ਨੀਵਾਂ ਜਗ੍ਹਾ ਆ ਦਬੜਾਈਆਂ ਮੀਨ ਆ ਹੁਣ ਇੱਥੋਂ ਕੋਈ ਲੰਘਦੇ ਆ ਟੱਕਰ ਪੈਂਦੀ ਇੱਥੇ ਮੂਹਰੇ ਪਹਿਲਾਂ ਹਾਂ ਮਤਲਬ ਇਹ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਵੀ ਬਰਾਬਰ ਕਰ ਦਈਏ ਹਾਂ ਸੋਚਿਆ ਹੀ ਨਹੀਂ ਆ ਯਾਰ ਮਹਿਤਰੀ ਕਾਦੇ ਆਪਣਾ ਠੇਕੇਦਾਰ ਬਾਦਲ ਕਰਕੇ ਰਾਹ ਪੈ ਕਮਾਉਂਦੇ ਆ ਰੰਗ ਕਰਕੇ ਰਾਹ ਪੈ ਉਹ ਰੰਗ ਕਰਤਾ ਵਧੀਆ ਬਣ ਗਈ ਜਲਦੀ ਬਸ ਤੇ ਥੱਲੇ ਬੰਦੇ ਦਾ ਕੋਈ ਜੋ ਮਰਜ਼ੀ ਹੋ ਜਵੇ ਮਰਜ਼ੀ ਹੋ ਜਾਵੇ ਉਹਨਾਂ ਨੂੰ ਕੀ ਆ ਠੀਕ ਹੈ ਹਾਂ ਅੱਛਾ ਟਰਾਲੀ ਦਾ ਦਬਿਆ ਦੋਵੇਂ ਪਾਸੇ ਯਾਰ ਦੇਖ ਲੈ ਦੋਵੇਂ ਪਾਸੇ ਦਿਖਾਲ ਦੇ ਆ ਦੇ ਕਾਰਡ ਬਣਿਆ ਇਹਨਾਂ ਦੂਜਾ ਤੇ ਸੀਮਨ ਪਾ ਯਾਰ ਆ ਟਰਾਲੀ ਨਾਲ ਥੱਲੇ ਘੜ ਗਿਆ ਇੱਕ ਟਰਾਲੀ ਨਾਲ ਥੱਲੇ ਠੇਕੇ ਦਾ ਹਾਂਜੀ ਠੇਕੇਦਾਰਾਂ ਦੇ ਗਵਰਨਮੈਂਟ ਦਾ ਪੈਸੇ ਦੇ ਦਿੰਦੀ ਆ ਪੈਸੇ ਖਾ ਕੇ ਪਾਸੇ ਹੁੰਦੇ ਆ ਆਹ ਸੈਡਾਂ 'ਤੇ ਵੀ ਕਿਹੜਾ ਬਣੇ ਹੋ ਆਹ ਅੱਗੇ ਸੈਫਨ ਬਣੇ ਹੋਏ ਨਾਲ ਬੈਠਣੇ ਨੂੰ ਬੜੇ ਵਧੀਆ ਹੱਥ ਤੋਂ ਧੋਣ ਨੂੰ ਵਧੀਆ ਸੀਗੇ ਬਣਾਏ ਉਹ ਸਭ ਪੱਟ ਕੇ ਨਾਲ ਨਾਲ ਉਹ ਤੇ ਬਣੇ ਹੋ ਸੀਗੇ ਨਾਲ ਅੱਗੇ ਚਾਹੁੰਦੇ ਹੋ ਤੁਸੀਂ ਆਹ ਦੇਖੋ ਹੁਣੇ ਚੜਾ ਗਏ ਆ ਮੇਰਾ ਪਹਿਲੇ ਮਹੀਨੇ ਕੰਪਲੀਟ ਹੋਇਆ ਪੂਰਾ ਇਹ ਇਧਰ ਵੀ ਤੇੜਾ ਆ ਗਈਆਂ ਹੁਣ ਕਿੰਨਾ ਚਿਹਰ ਹੋ ਗਿਆ ਪੰਜ ਚਾਰ ਪੰਜ ਮਹੀਨੇ ਹੋਏ ਬਣੇ ਤਿਆਰ ਤਾਂ ਪਿਛਲੇ ਮਹੀਨੇ ਤਿਆਰ ਹੋਈ ਆ ਤੇੜਾ ਆ ਗਈਆਂ ਹੁਣੇ ਵਧੀਆ ਸੀਗਾ ਦੇਖੋ ਆ ਘੜੀਆ ਤੁਸੀਂ ਮੈਨੂੰ ਲੱਗ ਲਓ ਅੱਛਾ ਹੱਥ ਨਾਲ ਹੀ ਹੈ ਹੋਰ ਲੈ ਆ ਦੇਖੋ ਲੈ ਹੱਥ ਨਾਲ ਆ ਦੇਖੋ ਆ ਸਾਰਾ ਕਿੱਦਾਂ ਪਾਣੀ ਵਿੱਚ ਵੜਦਾ ਹਾਂ ਆ ਦੇਖੋ
ਦੇਖੋ ਜੀ, ਮੈਂ ਬੇਸ਼ੱਕ ਅੱਗੇ ਜਾਣ ਰਿਹਾ ਪਰ ਹੈ ਖਤਰਾ ਆ, ਕਿਉਂਕਿ ਇਹ ਬੈਠ ਰਹੀ ਹੈਗੀ ਜਿਵੇਂ ਜਗ੍ਹਾ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ, ਸੰਪਰਕ 9876349499।